ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਨਾ ਤੁਹਾਨੂੰ ਕੋਈ ਅਸੀਂ ਕੋਈ ਨਵੀਂ ਚੀਜ਼ ਦਿਖਾਵਾਂਗੇ। ਇਹੋ ਜਿਹੀ ਵੀਡੀਓ ਕਿਸਾਨ ਭਰਾਵਾਂ ਵਾਸਤੇ ਆ ਜਿਹੜੀ ਪਰਾਲੀ ਨੂੰ ਅੱਗ ਲਾ ਰਹੇ ਆ, ਉਹ ਤੋਂ ਕੋਈ ਬਚਾਅ ਵਾਸਤੇ ਕੋਈ ਅਸੀਂ ਹੱਲ ਦੱਸਾਂਗੇ ਅੱਜ। ਵੀ ਇੱਕ ਸਾਡੇ ਦੂਜੇ ਪਿੰਡ 'ਚ ਭੌਂਦਾ ਸਰਪੰਚ ਆ, ਉਸਨੇ ਇੱਕ ਹੱਲ ਲੱਭਿਆ ਪਰਾਲੀ ਨੂੰ ਵੀ ਅੱਗ ਨਾ ਲੱਗੇ। ਉਹ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਉਹਨੂੰ ਕਿਸ ਤਰ੍ਹਾਂ ਕੀਤਾ ਸਾਰੇ ਖੇਤ ਦੇ ਵਿੱਚ। ਇਹ ਦੂਜੇ ਪਿੰਡ ਦਾ ਸਰਪੰਚ ਆ, ਬਾਈ ਨੇ ਪਰਾਲੀ ਦਾ ਹੱਲ ਲੱਭਿਆ ਵੀ ਖੇਤ ਵਿੱਚ ਕਿਸ ਤਰ੍ਹਾਂ ਰਲਾ ਦੇਣੀ ਹੈ, ਹਰ ਰਲਾ ਦੇਣੇ, ਐਨ ਰਲਾ ਦੇਣੇ ਆ। ਹਰ ਦੂਜੇ ਸਾਲ ਉਹ ਜੋ ਪਰਾਲੀ ਉਹਦੀ ਖਾਦ ਬਣ ਜਾਂਦੀ, ਉਹ ਤੁਹਾਨੂੰ ਪੂਰਾ ਸਮਝਾਉਂਗੇ ਹੁਣ। ਖਾਦ ਵੀ ਬਣ ਜਾਣੀ, ਨਾਲੇ ਪੋਲੀ ਹੋ ਜਾਂਦੀ, ਕਣਕ ਨੂੰ ਵੀ ਫਾਇਦਾ। ਅਸਾਂ ਕਣਕ ਨੂੰ ਵੀ ਫਾਇਦਾ, ਫਾਇਦਾ ਫਾਇਦਾ। ਚਲੋ ਹੁਣ ਬਾਈ ਨਾਲ ਬੁਲਾਉਂਦੇ ਆ, ਇੱਕ ਦੋ ਗੇੜੇ ਲਾ ਲੈਣਦੇ ਬਾਈ ਨੂੰ। ਲਓ ਜੀ ਮਿਲੋ ਬਾਈ ਘੁੰਮਦੇ ਸਰਪੰਚ ਨੂੰ ਗੁਰਵਿੰਦਰ ਸਿੰਘ। ਤੇ ਬਾਈ ਨੇ ਪਿਛਲੇ ਸਾਲ ਪਹਿਲਾਂ ਪੈਡੀ ਚੋਪਰ ਮਾਰਿਆ ਕਿਆ ਮਾਰਿਆ? ਹਾਂਜੀ ਹਾਂਜੀ ਹਾਂਜੀ, ਮਲਚਰ ਮਾਰਿਆ ਸੀ, ਮਲਚਰ ਮਾਰਿਆ ਇਹਦੇ ਖੇਤ ਦੇ ਵਿੱਚ। ਪਿਛਲੇ ਸਾਲ ਮਾਰ ਕੇ ਆਲੂ ਲਗਾਏ ਸੀਗੇ, ਪਲਾਓ ਪਲਾਓ ਮਾਰਿਆ ਫਿਰ ਉਸ ਤੋਂ ਬਾਅਦ। ਠੀਕ ਹੈ, ਤੇ ਇਸ ਵਾਰ ਫਿਰ ਉਦੀ ਕਰਿਆ? ਮੈਂ ਸ਼ੁਰੂ ਤੋਂ ਸਮਝਾਉਂਦਾ ਬਾਈ, ਹੁਣ ਦੱਸੀ ਜਾਈ। ਪਿਛਲੇ ਸਾਲ ਉਹ ਮਹਾਰਾਜ ਜਿੱਦਾਂ ਪੈਡੀ ਚੋਪਰੇ ਹੁੰਦੇ ਨੇ ਵੀ ਜਿਹੜੀ ਪੱਲੀ ਆ ਆਪਣੀ ਕੰਬਾਈਨ ਤੋਂ ਵੱਢਣ ਤੋਂ ਬਾਅਦ ਪਰਾਲੀ ਵੱਢਦਾ ਖੇਤ, ਦੇਖੋ ਤੁਸੀਂ ਪਹਿਲਾਂ ਮਿਲਾ ਤੇ ਪਰਾਲੀ ਦਾ ਪੂਰਾ ਚੂਰਾ ਕਰਿਆ ਹੋਇਆ, ਤੇ ਬਾਈ ਨੇ ਪਿੱਛੇ ਟਰੈਕਟਰ ਦੇ ਪਲਾਓ ਪਾਇਆ ਹੋ ਵੀ ਤੁਹਾਨੂੰ ਬਾਅਦ 'ਚ ਦਿਖਾਉਂਗੇ। ਤੇ ਪਿਛਲੇ ਸਾਲ ਬਾਈ ਪਿਛਲੇ ਸਾਲ ਬਾਈ ਨੇ ਪਲਾਓ ਮਾਰਿਆ ਸੀ, ਤੇ ਜਿਹੜੀ ਆਹ ਪਰਾਲੀ ਸੀ ਬਿਲਕੁਲ ਵੀ ਅੱਗ ਨਹੀਂ ਲਗਾਈ, ਬਿਲਕੁਲ ਵੀ ਅੱਗ ਨਹੀਂ ਲਗਾਈ, ਇਹ ਪਰਾਲੀ ਨੂੰ ਥੱਲੇ ਕਰਤਾ ਸੀ। ਠੀਕ ਹੈ, ਜਿਹੜੀ ਹੁਣ ਇਸ ਸਾਲ ਵਾਲੀ ਆ ਉਹ ਪਿਛਲੇ ਸਾਲ ਵਾਲੀ ਬਾਹਰ ਆ ਗਈ, ਐਤਕੀ ਵਾਲੀ ਉੱਪਰ ਆ ਗਈ, ਜਿਹੜਾ ਉਹ ਨਾਲੇ ਰੇਹ ਬਣ ਗਿਆ। ਹਾਂਜੀ ਹਾਂਜੀ, ਤੇ ਕੋਈ ਫਾਇਦਾ ਬਾਈ ਦਾ? ਕਿਆ ਫਾਇਦਾ ਹੁੰਦਾ? ਫਾਇਦਾ ਦੇਖੋ ਕਿੰਨੀ ਰਹਿੰਦ ਖੂੰਹਦ ਖੇਤਾਂ ਦੇ ਵਿੱਚ ਆਉਣੀਆਂ, ਕਿੰਨਾ ਖੇਤ ਤਾਕਤਵਰ ਹੁੰਦੇ ਆ, ਸਾਰੀ ਤਾਕਤ ਫਸਲ ਨਾਲ ਲੱਗਣੀ, ਜੀਵ ਜੰਤੂ ਬਚਦਾ, ਜਿਹੜੇ ਵਿੱਚ ਅੱਗ ਨਾਲ ਮਰਦੇ ਆ ਉਹ ਬਚਦਾ, ਬਾਕੀ ਅਸੀਂ ਕੁਦਰਤ ਦੇ ਚੰਗਾ ਸਾਹ ਲੈ ਰਹੇ ਆ, ਅੱਗ ਨਹੀਂ ਲਾ ਰਹੇ, ਅੱਗ ਨਹੀਂ ਲਾ ਰਹੇ ਹੈਗੇ, ਧਰਤੀ ਨੂੰ ਪੋਲਾ ਕਰਦਾ ਐਨ ਵਧੀਆ। ਪਿਛਲੇ ਸਾਲ ਦੇ ਲੈ ਉਰੇ ਆਲੂ ਲਗਾਏ ਸੀਗੇ। ਅੱਛਾ, ਪਿਛਲੇ ਸਾਲ ਆਲੂ ਆਲੂ ਬਹੁਤ ਨਿਕਲੇ ਨਾ ਬਈ, ਜਦ ਹੁਣ ਪਿਛਲੇ ਸਾਲ ਵਾਲੇ ਜਦ ਉੱਪਰ ਕਰਦੇ ਪਏ ਪਰਾਲੀ ਬਚਦੀ ਵਿੱਚ ਨਿਕਲਦੀ ਨਹੀਂ, ਪਤਾ ਵੀ ਲੱਗ ਰਿਹਾ। ਅੱਛਾ, ਪਿਛਲੇ ਸਾਲ ਵਾਲੇ ਜਮਾਂ ਵੀ ਨਹੀਂ ਲੱਗੀ, ਤੇ ਖਰਚਾ ਕਿੰਨਾ ਆ ਜਾਂਦਾ ਪਰ ਬਾਈ ਇੱਕ ਕਿੱਲੇ ਪਰ? ਪੂਰਾ ਖਰਚ 1200 ਰੁਪਈਆ ਮਲਚਰ ਵਾਲੇ ਨੇ ਲਿਆ। ਹਾਂ ਹਾਂ, ਪਲਾਓ ਆਪਣੇ ਘਰ ਦੇ ਹੀ ਆ, ਪਲਾਓ ਆਪਣੇ ਘਰ ਦੇ। ਇਹਦੇ ਵਿੱਚ ਤੇਲ ਦਾ ਬਾਈ ਕਿੰਨਾ ਆ ਜਾਂਦਾ ਜੀ? ਫਿਰ ਵੀ ਤੇਲ ਦਾ ਇਹ ਜਾਊਗਾ 8 ਤੋਂ 10 ਲੀਟਰ ਕਿੱਲੇ ਦਾ। 8 ਤੋਂ 10 ਲੀਟਰ ਆਪਣੇ ਹੋ ਗਏ ਜੀ, 2000 ਮੰਨ ਕੇ ਚੱਲੀਏ ਆਪਾਂ। ਹਾਂਜੀ ਸਾਰਾ 2000 ਦਾ, 2000 ਚ ਆਪਣਾ ਖੇਤ ਤਿਆਰ ਹੋ ਜਾਂਦਾ ਹਰ ਸਾਲ। ਵੀ ਆਪਾਂ ਨੂੰ ਪਰਾਲੀ ਅੱਗ ਲਾਉਣ ਦੀ ਲੋੜ ਨਹੀਂ ਹੈਗੀ, ਜੇ ਪਹਿਲਾਂ ਮਲਚਰ ਮਾਰਿਆ ਹੋਵੇ ਉਸ ਤੋਂ ਬਾਅਦ ਪਲਾਓ ਮਾਰਿਆ ਹੋਵੇ, ਪਲਾਓ ਮਾਰ ਕੇ ਜਿਹੜੀ ਪਰਾਲੀ ਉੱਪਰ ਥੱਲੇ ਕਰੀਦਾ ਆਏ ਸਾਲ ਦੂਜੀ ਦੱਬ ਦੇਵੇ, ਪਿਛਲੇ ਸਾਲ ਵਾਲੀ ਉੱਪਰ ਕੱਢ ਨਿਕਲੇ, ਉਹ ਗਲ ਕੇ ਰੇਹ ਬਣ ਜਾਂਦਾ ਉਹਦਾ, ਰੇਹ ਬਣ ਜਾਂਦਾ ਇਹਨਾਂ। ਚਲੋ ਚੰਗੀ ਗੱਲ, ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਇੱਦਾਂ ਕਰਨੇ ਨਾਲ ਵੀ 2000 ਰੁਪਏ ਲੱਗਦਾ ਖੇਤ ਦੇ, ਪਰ ਨਾ ਅੱਗ ਲਾਉਣ ਦੀ ਲੋੜ ਪੈਂਦੀ, ਬਿਲਕੁਲ ਜੀ, ਤੇ ਰੇਹ ਬਣ ਜਾਂਦਾ, ਨਾਲੇ ਵਾਤਾਵਰਨ ਤੋਂ ਸਹੀ ਰਹਿੰਦਾ, ਸ਼ੁੱਧਤਾ ਦਾ ਅੱਗ ਨਹੀਂ ਲੱਗਦੀ, ਖੇਤ ਪੋਲੇ ਹੋ ਜਾਂਦੇ ਆ ਨਾ, ਥੱਲੜੀ ਮਿੱਟੀ ਉੱਪਰ ਆ ਜਾਂਦੀ, ਮਿੱਟੀ ਆ ਜਾਂਦੀ ਹੈ, ਘੱਟੋ ਘੱਟ ਵੀ ਮੈਂ ਕਹਿੰਦਾ ਫੁੱਟ ਫੁੱਟ ਵੱਜ ਜਾਂਦੇ ਹੁਣ ਵਿੱਚ, ਉਹਨੂੰ ਪਲਾਓ ਤਾਂ ਨਾ ਬਈ ਤੱਕ ਮਾਰ ਸਕਦੇ ਆ, ਜਿਹੜੀ ਆਪਾਂ ਤਾਂ 8-9 ਇੰਚ ਮਾਰਦੇ ਆ। ਅੱਛਾ, ਫੁੱਟ ਤੱਕ ਵੱਜ ਸਕਦੀ ਜਿਹੜੀ ਮਿੱਟੀ ਉੱਪਰ ਥੱਲੇ ਹੋ ਜਾਂਦੀ ਆ, ਤੇ ਖੇਤ ਵੀ ਐਨ ਵਧੀਆ ਬਣ ਜਾਂਦਾ। ਹੁਣ ਇਹਦੇ ਬਾਅਦ ਕਣਕ ਬੀਜੂਗਾ ਇਸ ਵਾਰੀ? ਨਹੀਂ, ਆਲੂ ਹੀ ਲਾਉਣੇ। ਅੱਛਾ, ਆਲੂ ਆਲੂ ਵਾਲੇ ਵਾਸਤੇ ਮੈਂ ਕਹਿੰਦਾ ਵਧੀਆ ਜ਼ਿਆਦਾ ਹਨਾ, ਪਤਾ ਨਹੀਂ ਲੋਕਾਂ ਨੇ ਜਿਨ੍ਹਾਂ ਨੇ ਕਣਕ ਵੀ ਬੀਜਣੀ ਆ ਉਹ ਵੀ ਅੱਗ ਲਗਾ ਰਹੇ ਆ, ਕਿਸ ਕਰਕੇ ਲਗਾ ਰਹੇ ਆ ਵੀ ਸਹੀ ਨਹੀਂ ਹੈਗਾ। ਕਣਕ ਵਾਲਾ ਤਾਂ ਜਿਵੇਂ ਮਰਜ਼ੀ ਉਹ ਕਰ ਲਵੇ, ਮੈਂ ਆਲੂ ਲਗਾ ਰਿਹਾ ਤਾਂ ਵੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਉਂਦਾ, ਵਿੱਚੇ ਪਰਾਲੀ ਸਮਾਉਂਦਾ। ਹਾਂ ਹਾਂ ਹਾਂ, ਚੰਗੀ ਗੱਲ ਹੈ। ਚਲੋ ਇਹ ਵੀ ਚੰਗੀ ਗੱਲ ਆ, ਮੈਂ ਤਾਂ ਇਹ ਕਹਾਂ ਜਿੰਨੇ ਵੀ ਕਿਸਾਨ ਭਰਾ ਆ, ਕਣਕ ਵਾਲੇ ਖੇਤ ਨੂੰ ਤਾਂ ਅੱਗ ਲਗਾਉਣ ਦੀ ਕੋਈ ਲੋੜ ਹੀ ਨਹੀਂ ਹੁੰਦੀ ਜ਼ਿਮੀਦਾਰ, ਫਿਰ ਵੀ ਪਤਾ ਨਹੀਂ ਕਿਉਂ ਅੱਗ ਲਗਾਈ ਜਾ ਰਹੇ, ਲੋੜ ਹੀ ਨਹੀਂ ਹੁੰਦੀ। ਮੈਂ ਪਿਛਲੇ ਸਾਲ ਮੈਂ ਵੀ ਪੈਡੀ ਚੋਪਰ ਮਾਰ ਕੇ ਨਾ ਵਿੱਚ ਕਣਕ ਬਹੁਤ ਸੁੱਟਦਾ, ਪਿਛਲੇ ਬਰਸਾਤਾਂ ਪੈਂਦੀ ਤਾਂ ਕਰਕੇ ਝਾੜ ਘੱਟ ਗਿਆ, ਕਣਕ ਨਹੀਂ, ਝਾੜ ਮੇਰਾ ਬਹੁਤ ਵਧੀਆ ਆਉਣਾ ਸੀ, ਉਹ ਪਿਛਲੇ ਬਰਸਾਤਾਂ ਪੈਂਦੀ ਰਹੀਆਂ, 2-3 ਦਿਨ ਇਕੱਠੇ ਹੀ ਪੈਂਦੇ ਰਹੀਆਂ, ਉਹਦੇ ਕਰਕੇ ਝਾੜ ਘੱਟ ਗਿਆ ਸੀ, ਤੇ ਬਹੁਤ ਸੋਹਣੀ ਇਸ ਵਾਰੀ ਪੈਡੀ ਚੋਪਰ ਨਾਲ ਕਣਕ ਬੀਜਣੀ ਵੀ ਦਿਖਾਉਂਗੇ ਜੀ। ਉਹਦਾ ਪੂਰੇ ਦੀ ਪੂਰੀ ਪਰਾਲੀ ਉਹ ਕਰਕੇ ਜੇ ਪਲਾਓ ਮਾਰ ਕੇ ਤਾਂ ਚਾਹੇ ਤੁਸੀਂ ਮਸ਼ੀਨ ਦੇ ਨਾਲ ਕਣਕ ਬੀਜ ਲਓ, ਇਵੇਂ ਦੇ ਖੇਤ ਬਣ ਜਾਂਦੇ ਆ। ਹੁਣ ਦੇਖੋ ਤੁਹਾਡੇ ਸਾਹਮਣੇ ਕੋਈ ਦਿਖ ਰਹੀ ਹੈ ਪਰਾਲੀ? ਜਾਂ ਵੀ ਨਹੀਂ ਆ ਬਾਈ, ਮਿਲ ਗਿਆ ਤੇ ਜੀਰੀ ਉਰੇ ਇੰਨੀ ਤਕੜੀ ਸੀਗੀ, 32-33 ਕੁਇੰਟਲ ਦੀ ਔਸਤ ਆਈ ਹੈ, ਇੰਨੀ ਤੁਸੀਂ ਆਪੇ ਹਿਸਾਬ ਲਾ ਲਓ ਵੀ ਜਿਹੜੇ 32-33 ਕੁਇੰਟਲ ਕਿੱਲੇ ਦਾ ਕਿੱਲੇ ਦਾ ਝਾੜ ਦੀ ਉਹਦੀ ਪਰਾਲੀ ਕਿੰਨੀ ਹੋਊਗੀ? ਇਹ ਤਾਂ ਮਲਚਰ ਨੇ ਨਾ ਪ੍ਰੈਸ ਕਰਤੀ, ਅੱਛਾ ਉਹਦਾ ਰੁੱਖਾ ਲੱਗਿਆ ਵਾ, ਦੱਬੀ ਹੋਈ ਆ, ਦੱਬੀ ਹੋਈ ਜਿਹੜੀ ਪਰਾਲੀ ਬਹੁਤ ਮੋਟੀ ਹੈ, ਇਹ ਪਰਾਲੀ ਤਾਂ ਬਹੁਤ ਮੋਟੀ ਸੀ, ਜਿਹਨੂੰ ਮਿਕਸੇ ਕਰਤੀ ਹੁਣ ਬਾਈ ਨੇ, ਫਿਰ ਦੱਸ ਦਿਨ ਦੁਆਰੇ ਆਹ ਜਿਹੜੀ ਆਹ ਪਰਾਲੀ ਹੈ ਇਹ ਥੱਲੇ ਦੱਬੀ ਜਾਣੀ, ਜਿਹੜੀ ਪਿਛਲੇ ਸਾਲ ਵਾਲੀ ਉੱਪਰ ਆਈ ਜਾਣੀ, ਉਹ ਵੀ ਜਾਨੀ ਕਿ ਰੇਹ ਬਣ ਕੇ ਆਉਣਾ, ਪਰ ਉਹ ਨਹੀਂ ਵੀ ਤੁਸੀਂ ਸਾਫਤੀ ਉੱਪਰ ਆਈ ਸਾਲ ਪਰਾਲੀ ਜ਼ਮੀਨ 'ਚ ਰਹਿਣ ਨਾਲ ਉਹ ਕਿਤੇ ਪਤਾ ਲੱਗਦਾ, ਹੁਣ ਪਤਾ ਵੀ ਨਹੀਂ ਲੱਗ ਰਿਹਾ, ਪਤਾ ਵੀ ਨਹੀਂ ਲੱਗ ਰਿਹਾ ਵਿੱਚ ਪਰਾਲੀ ਹੈਗੀ ਜਾਂ ਨਹੀਂ ਹੈਗੀ ਹੈ, ਖੇਤ ਵੀ ਐਨ ਕਾਲਾ ਹੋਇਆ ਪਿਆ, ਜ਼ਮੀਨ ਦੀ ਤਾਕਤ ਵੱਧ ਰਹੀ ਹੈ, ਜ਼ਮੀਨ ਦੀ ਤਾਕਤ ਵੱਧ ਰਹੀ ਹੈ। ਚਲੋ ਚੰਗੀ ਗੱਲ ਹੈ ਵੀ ਵਾਤਾ ਮਾਰਨਾ ਇਹਦੇ ਨਾਲ ਬਚਿਆ ਰਹਿੰਦਾ, ਰੇਹ ਘੱਟ ਪਾਉਣਾ ਪੈਂਦਾ, ਜਿੰਨੀ ਰਹਿੰਦ ਖੂੰਹਦ ਅਸੀਂ ਵਿੱਚ ਸਾੜੂਗੇ। ਹਾਂ 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 ਹਾਂ, ਚਲੋ ਨਵੇਂ ਨਵੇਂ ਤੱਕ
2000 ਜੇ 2500 ਦਾ ਖਰਚਾ ਹੋਊਗਾ ਮੇਰੇ ਹਿਸਾਬ ਨਾਲ ਤਾਂ ਜੇ ਆਪਣੇ ਘਰ ਦਾ ਸੰਦਾ ਤਾਂ ਡੀਜ਼ਲ 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 ਜੇ ਕਿਰਾਏ ਤੇ ਵੀ ਤਾਂ ਵੀ 2500 ਵੱਧੋ ਵੱਧ ਖਰਚਾ ਹਾਂ ਇੰਨਾ ਕੁ ਆਉਂਦਾ ਮੈਂ ਖੇਤ ਵਧੀਆ ਬਣ ਜਾਂਦਾ ਫਿਰ ਮੈਂ ਆਲੂ ਲਗਾ ਲਓ ਮਸ਼ੀਨ ਦੇ ਨਾਲ ਕਣਕ ਬੀਜੋ ਜਿਹੜਾ ਕੋਈ ਮਰਜ਼ੀ ਕਰੋ ਪੂਰੀ ਪੂਰੀ ਪਰਾਲੀ ਖੇਤ ਦੇ ਪਿੱਛੇ ਰਲ ਜਾਂਦੀ ਨਾਲੇ ਵਾਤਾਵਰਨ ਬਚਾ ਰਹਿੰਦਾ ਹਾਂਜੀ 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 ਠੀਕ ਆ ਆਪਾਂ ਸਭ ਤੋਂ ਵੱਡੀ ਗੱਲ ਤਾਂ ਵਾਤਾਵਰਨ ਦੀ ਆ ਜਿੱਥੇ ਅਸੀਂ ਲੋਕਾਂ ਦਾ ਢਿੱਡ ਭਰਦੇ ਹਾਂ ਅਨਾਜ ਦੇ ਨਾਲ ਉੱਥੇ ਅਸੀਂ ਉਹਨਾਂ ਨੂੰ ਚੰਗਾ ਸਾਹ ਵੀ ਦਈਏ ਹਾਂ ਚੰਗਾ ਸਾਹ ਵੀ ਦਈਏ ਇਹ ਵੀ ਗੱਲ ਵਿੱਚ ਆ ਫਿਰ ਹਾਂ ਚਲੋ ਬਾਈ ਹੁਣ ਮੈਨੂੰ ਪਲਾਓ ਦਿਖਾ ਬਾਈ ਕਿੱਦਾਂ ਵੀ ਹੁਣ ਤੁਹਾਨੂੰ ਪਲਾਓ ਦਿਖਾਉਂਦੇ ਹਾਂ ਆ ਜੀ ਪਲਾਓ ਇਹ ਤਾਂ ਬਾਈ ਬੜੇ ਮਹਿੰਗਾ ਦਾ 2-2 ਫੁੱਟ ਚਲੀ ਜਾਂਦੇ ਹੁਣ ਧਰਤੀ 'ਚ ਨੂੰ ਯਾਰ ਇਹ ਚੰਗਾ ਜ਼ੋਰ ਵੀ ਟਰੈਕਟਰ ਦਾ ਜ਼ੋਰ ਲੱਗਦਾ ਟਰੈਕਟਰ ਵੀ ਤਕੜਾ ਚਾਹੀਦਾ 50 ਹਾਊਸ ਪਾਵਰ ਦਾ ਟਰੈਕਟਰ ਆਰਾਮ ਨਾਲ ਚਲਾਉਂਦਾ ਇਹਨੂੰ ਹਾਂ ਹਾਂ ਇੱਕ ਵਾਰ ਦੂਜੀ ਪਾਸੇ ਨੂੰ ਮਾਰਦਾ ਫਿਰ ਦੂਜੀ ਪਾਸੇ ਪਲਟਾਉਂਦਾ ਇੱਦਾਂ ਨਾ ਮਲਟੀ ਪਲਾਓ ਵੀ ਟਰੈਕਟਰ ਨੂੰ ਘੁਮਾ ਕੇ ਨਹੀਂ ਲਗਾਉਣਾ ਪੈਂਦਾ ਉੱਥੇ ਚੱਕ ਕੇ ਲਿਫਟ ਲਾਓ ਉੱਥੇ ਲਾ ਮਲਟੀ ਮਾਰ ਲਓ ਬਾਕੀ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਚੱਲ ਬਾਈ ਹੁਣ ਚਲਾ ਕੇ ਦਿਖਾ ਫਿਰ ਬੜੇ ਇੱਕ ਵਾਰੀ ਦੇਖੀਏ ਇੱਕ ਵਾਰੀ ਫੇਰ ਦੁਬਾਰੇ ਚੰਗੀ ਗੱਲ ਆ ਯਾਰ ਮੈਂ ਨਾ ਤੁਹਾਨੂੰ ਇੱਕ ਵਾਰੀ ਹੁਣ ਸ਼ੁਰੂ ਤੋਂ ਸਮਝਾਉਣਾ ਚਾਹੁੰਦਾ ਆਹ ਦੇਖੋ ਵੀ ਕੰਬਾਈਨ ਤਾਂ ਵੱਢਿਆ ਹੋਇਆ ਝੂੰਡੇ ਖੜੇ ਨੇ ਇੱਧਰ ਅਤੇ ਆਹ ਜਿਹੜਾ ਮਲਚਰ ਆ ਗਿਆ ਹੁਣ ਬਾਈ ਲੈ ਕੇ ਆਇਆ ਮੈਂ ਕਮਲ ਨੂੰ ਫੋਨ ਕਰਕੇ ਬੁਲਾਇਆ ਮੈਂ ਕਿਹਾ ਵੀ ਇਹ ਵੀ ਚੀਜ਼ ਦਿਖਾ ਦੀ ਵੀ ਆਹ ਮਲਚਰ ਆ ਇਹਦੇ ਵਿੱਚ ਬਾਈ ਕਿੱਦਾਂ ਦੀ ਕਰਾਰੀ ਲੱਗੀ ਹੋਈ ਜਿਹੜੀ ਵੀ ਐਨ ਮਿਲਾ ਦਿੰਦੀ ਵਿੱਚ ਬਲੇਡ ਆਈ ਦੇ ਜਿਹੜੇ ਤੂੜੀ ਵਾਲੀ ਮਸ਼ੀਨ 'ਚ ਹੁੰਦੇ ਆ ਉਹ ਹਾਂ ਤੂੜੀ ਵਾਲੀ ਮਸ਼ੀਨ 'ਤੇ ਬਲੇਡ ਆ ਅਤੇ ਪਿੱਛੇ ਆਹ ਲੱਗਿਆ ਹੋਇਆ ਛੋਟਾ ਸੁਆਗਾ ਜਿਹੜਾ ਵਿੱਚ ਇਹਨੂੰ ਕਰ ਦਿੰਦਾ ਪ੍ਰੈਸ ਕਰਦਾ ਹਾਂ ਪਹਿਲਾਂ ਇਹ ਮਲਚਰ ਮਾਰਨਾ ਪੈਂਦਾ ਉਸ ਤੋਂ ਬਾਅਦ ਫਿਰ ਪਲਾਓ ਹਾਂਜੀ ਹਾਂਜੀ ਅਤੇ ਬਾਈ ਇੱਕ ਵਾਰੀ ਕਮਲ ਵੀਰੇ ਮਾਰ ਕੇ ਦਿਖਾ ਫਿਰ ਇੱਕ ਵਾਰੀ ਕਿੱਦਾਂ ਕਿਆ ਇਹਦਾ ਹਿਸਾਬ ਕਿਤਾਬ ਹੈ ਪਰਾਲੀ ਦਾ ਟੋਟਾ ਕਰਕੇ ਐਨ ਵਿੱਚ ਮਿਲਾ ਦਿੰਦਾ ਉਹਦੇ ਬਾਅਦ ਪਲਾਓ ਨਾਲ ਥੱਲੇ ਚਲੀ ਜਾਂਦਾ ਅਤੇ ਦੂਜੀ ਜਿਹੜੀ ਮਿੱਟੀ ਉੱਪਰ ਆ ਜਾਂਦੀ ਹੈ ਅਤੇ ਅਗਲੇ ਸਾਲ ਇਹੀ ਇਹਦਾ ਰੇਹ ਬਣ ਜਾਂਦਾ ਫਿਰ ਚਲੋ ਬਾਈ ਨਵੀਂ ਨਵੀਂ ਤਕਨੀਕਾਂ ਆਈ ਜਾਂਦੀਆਂ ਗਾਹਾਂ ਦੇ ਗਾਹਾਂ
लो जी हम अभी अपने घर आ गए हैं। देखो जिते असं वीडियो बनाते उत्थे असं यही कहते कोई ना कोई जागरूक वाली वीडियो भी बनाई जाए जो किसान भरावान ने हूँ कि सब दे हूँ जीरिया व्डे हो जाए क्योंकि मुढ़ अग ला वातावरण बहुत ज़्यादा दूषित हो जाता है भी बहुत तरह की बीमारियाँ खंघ बीमारियाँ हाँ हाँ जिदा बई ने पहला गल कही थी क्या देखो आप अन्नदाता तो कहें आप किसान अन्नदाता ही कहें उदा आप हवा भी शुद्ध रखिए ठीक है तो कोशिश करो भी जिदा हम बई ने कर थोड़ा खर्चा तो होंगे ही है पर खेत मौज है खेत बच्चे उही जिहड़े कटा छोटे छोटे जीव जंतु जूंदे रहिंदे बिच खेत दी फसल नूं उपजाऊ बणाउंदे बणाउंदी हां असीं तां हुण उत्थे बंदे बहुत इकट्ठे हुंदे जा रहे सी फिर निकले आए सी क्योंकि पिंड वाले कोई बंदे बिच कहिंदे वीडियो बना नहीं बना फिर साडी कहिंदे बिच ना असीं बिच नहीं आई असीं फिर अपना निकले क्योंकि उत्थे बंदे बहुत इकट्ठे हुंदे जा रहे सी कि देख रहे सी नवीं तकनीक सी भाई ने कि पिछले साल भाई ने इदां कीता सी कंबाइन नाल बड्डे ते मार्क उस तो उपर ते उस तो बाद पलाओ मारदा सी आलू लाते सी हुण जिहड़े पिछले साल वाला रहे अपने उपर आ गया हो ते इस बार हुण देखांगे भाई दा क्या हिसाब अगले साल देखांगे हुण 32-33 क्विंटल दा झाड़ भी आया जीरी दा वधिया निकलिया झाड़ भी कहिंदा जीरी बहुत तकड़ी सी भाई दी चलो ते वीरे वध तों वध वीडियो नूं शेयर करियो तां जो किसान भरावे दे वीडियो देख के जागरूक हो सकन पराली दी मुढ़ नूं अग ना लाइओ वातावरण साफ सुथरा रखो ते अपना आला दुआला साफ रखो वध तों वध प्रदूषण घट करो हाँ चलो मेरी अज्ज दी वीडियो इत्थे तक सी बहुत बहुत धन्यवाद थोड़ा मेरा वीडियो देखने वास्ते मिलते हैं किसी अगले वीडियो में।